देश दुनिया की हर वड्डी खबर दे हुणे डाउनलोड करो नंबर 1 न्यूज़ ऐप दैनिक सवेरा टाइम्स। ईडी अफसर निरंजन सिंह नूं मैं अपनी थां ते फिलौर तों इलैक्शन लड़न वास्ते इनवाइट करदा। मैं पूरी ताकत नाल उन्हां दा समर्थन दऊंगा ते कोई कोशिश नहीं छड्डांगे कि उन्हां नूं इस हलके तों जिता के ना भेजा जावे। शर्त सिर्फ एक है। अज निरंजन सिंह होरां दा एक अखबार दे विच बयान छपिया कि मैं कोई ऐसी पार्टी ज्वाइन करना चाहुंदा, पोलिटिकल पार्टी ज्वाइन करना चाहुंदा जिहदी कोई अकाउंटेबिलिटी होवे। मैनूं याद है कि 2016-17 दे विच जदों 17 दीआं चोणां होणियां सी, निरंजन सिंह होरां ने पग बन्नी शुरू कर दित्ती सी ते एक सवाल दे जवाब विच उन्हां ने आख्या सी कि बहुत सारियां सीटां हुण खाली हो जाणियां ते साडी वारी आ जाणी है, पर शायद कोई गल रह गई। पता तां इत्थे तक वी सी कि एक पार्टी जिन्हां दा करीबन तय हो गया सी ते उन्हां दे लई करतारपुर तों चोण लड़ाउणी जिहड़ी है उह पार्टी वल्लों ते इन्हां वल्लों तय हो गई सी, तैयारी भी हो गई सी, पर उह पता नहीं किस गल करके रह गई। जवाबदेह वाले लीडर ही जवाबदेही जी दियां पार्टियां जिहड़ियां हुंदियां बणाउंदे आ, क्योंकि जिन्हां पार्टियां दे विच जवाबदेह वाले लीडर हुंदे आ उही पार्टियां जवाबदेही वालियां हुंदियां। पर तुहाडी अकाउंटेबिलिटी ते मैं सवाल करदा होया एक तुहानूं बहुत वड्डी गल याद कराउण लगा कि शायद जदों इन्वेस्टिगेशन चल रही सी ਤੁਹਾਡੇ ਮਾਈਂਡ 'ਚ ਵੀ ਹੋਏਗੀ, ਪਰ ਮੈਂ ਫਿਰ ਵੀ ਤੁਹਾਨੂੰ ਯਾਦ ਕਰਾਉਣ ਵਾਸਤੇ ਜਿਹਨੂੰ ਤੁਸੀਂ ਐਵੀਡੈਂਸ ਵੱਲੋਂ ਬਹੁਤ ਵਰਤਿਆ, ਆਹ ਇੱਕ ਗਾਬਾ ਦੀ ਜੋ ਡੈਰੀ ਸੀ ਉਹਦਾ ਪੇਜ ਦਿਖਾਉਣ ਲੱਗਾ ਜਿਹਦੇ ਵਿੱਚ ਇਲੈਕਸ਼ਨ ਫੰਡ ਲਿਖਿਆ ਸਰਦਾਰ ਸਰਵਨ ਸਿੰਘ 2 ਲੱਖ ਰੁਪਈਆ ਅਤੇ ਚੌਧਰੀ ਸੰਤੋਖ ਸਿੰਘ 1 ਲੱਖ ਰੁਪਈਆ। ਅਤੇ ਹੁਣ ਮੇਰਾ ਸਵਾਲ ਇਹ ਹੈ ਤੁਹਾਨੂੰ ਕਿ ਚੌਧਰੀ ਸੰਤੋਖ ਸਿੰਘ ਜੋ ਕਾਂਗਰਸ ਦੇ MP ਨੇ ਉਹਨਾਂ ਦੀ ਇਨਵੈਸਟੀਗੇਸ਼ਨ ਦੀ ਕੋਈ ਵੀ ਕਿਸੇ ਵੀ ਫਾਈਲ ਦੇ ਵਿੱਚ ਕੋਈ ਜ਼ਿਕਰ ਦਿਖਾ ਦਿਓ, ਕੋਈ ਰਿਪੋਰਟ ਦਿਖਾ ਦਿਓ। ਇਹ ਗੱਲ ਠੀਕ ਹੈ ਕਿ ਇਨਵੈਸਟੀਗੇਸ਼ਨ ਉਹਨਾਂ ਦੇ ਹੱਕ 'ਚ ਹੋਈ ਜਾਂ ਉਹਨਾਂ ਦੇ ਵਿਰੁੱਧ 'ਚ ਹੋਈ, ਪਰ IU ਦਾ ਕੰਮ ਹੁੰਦਾ ਇਨਵੈਸਟੀਗੇਸ਼ਨ ਕੋਰਟ ਦੀ ਫਾਈਲ ਦੇ ਵਿੱਚ ਲਾਉਣਾ। ਤੁਸੀਂ ਕੋਰਟ ਦੀ ਫਾਈਲ ਦੇ ਵਿੱਚ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਦਿਖਾ ਦਿਓ ਜਾਂ ID ਦੀ ਫਾਈਲ ਦੇ ਵਿੱਚ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਦਿਖਾ ਦਿਓ। ਇਹ ਬਹੁਤ ਵੱਡਾ ਤੁਹਾਡੀ ਅਕਾਊਂਟੇਬਿਲਟੀ 'ਤੇ ਸਵਾਲ ਹੈ, ਪਰ ਖੈਰ ਕੋਈ ਗੱਲ ਨਹੀਂ। ਮੈਂ ਫਿਰ ਵੀ ਤੁਸੀਂ ਇਹਦੇ ਵਿੱਚ ਫਲੋਰ ਸਾਹਿਬ ਨੂੰ ਇੰਡਕਟ ਕਰ ਲਿਆ ਸੀ ਜੋ ਉੱਥੋਂ 5 ਵਾਰ ਵਿਧਾਇਕ ਵੀ ਰਹੇ, ਪਰ ਮੈਂ ਫਿਰ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਤੁਸੀਂ ਫਲੋਰ ਤੋਂ ਇਲੈਕਸ਼ਨ ਲੜੋ ਤਾਂ ਉਹਨਾਂ ਨੂੰ ਵੀ ਮਨਾ ਲਾਂਗੇ, ਉਹ ਵੀ ਤੁਹਾਡੀ ਮਦਦ ਕਰਨਗੇ। ਪੁਰਾਣੀਆਂ ਗੱਲਾਂ ਜਿਹੜੀਆਂ ਕੋਈ ਗੱਲ ਨਹੀਂ ਛੱਡ ਲਾਂਗੇ, ਕਿਉਂਕਿ ਪਰਮਾਤਮਾ ਦੀ ਕਿਰਪਾ ਨੇ ਕਿਰਪਾ ਨਾਲ ਫਲੋਰ ਦੇ ਲੋਕਾਂ ਨੇ ਉਹਨਾਂ ਨੂੰ 5 ਵਾਰ ਵਿਧਾਇਕ ਬਣਾਇਆ ਅਤੇ ਮੈਂ ਉਹਨਾਂ ਨੂੰ ਵੀ ਜ਼ਰੂਰ ਮਨਾਵਾਂਗਾ ਕਿ ਉਹ ਤੁਹਾਡੀ ਮਦਦ ਜ਼ਰੂਰ ਕਰਨ। ਪਰ ਸ਼ਰਤ ਜਿਹੜੀ ਉਸ ਆ ਨਰਿੰਜਨ ਸਿੰਘ ਜੀ ਇੱਕ ਹੈ ਕਿ ਸਾਡਾ ਹਲਕਾ ਜਿਹੜਾ ਫਲੋਰ ਹੈ ਉਹ ਬਹੁਤ ਗਰੀਬ ਹਲਕਾ, ਉੱਥੇ ਜਿਹੜੇ ਗਰੀਬ ਲੋਕਾਂ ਦੀ ਤਾਦਾਦ ਹੈ ਉਹ ਜ਼ਿਆਦਾ, ਅਤੇ ਮੈਂ ਬੇਨਤੀ ਕਰਾਂਗਾ ਕਿ ਜਿੰਨੀਆਂ ਵੀ ਸਾਡੇ ਫਲੋਰ ਦੇ ਗਰੀਬ ਘਰਾਂ ਦੀਆਂ ਲੜਕੀਆਂ ਉਹਨਾਂ ਦੀ ਸ਼ਾਦੀ ਤੁਸੀਂ ਹਵੇਲੀ ਵਿੱਚ ਕਰਾ ਦਿਆ ਕਰੋਗੇ, ਕਿਉਂਕਿ ਕਾਗਜ਼ਾਂ ਦੇ ਅਨੁਸਾਰ ਤੁਸੀਂ ਆਪਣੀ ਬਿਟੀਆ ਦੀ ਸ਼ਾਦੀ 10 ਤੋਂ 12 ਲੱਖ ਦੇ ਵਿੱਚ ਸਾਰੀ ਹਵੇਲੀ ਦੇ ਵਿੱਚ ਵਿੱਚੇ ਦਲਜੀਤ ਦਸਾਂਝ ਦੀ ਫੀਸ ਪਾ ਕੇ ਨਿਪਟਾ ਦਿੱਤੀ। ਅਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਅਸੀਂ ਕਰੀਬਨ ਸਾਡੇ ਵੀ ਸ਼ਾਇਦ ਉੱਥੇ ਗਰੀਬ ਘਰ ਦੀਆਂ ਜਿਹੜੀਆਂ ਲੜਕੀਆਂ ਹੈ ਉਹਨਾਂ ਦੀ ਸ਼ਾਦੀਆਂ ਮੈਨੂੰ ਲੱਗਦਾ 200 ਹੋਣੀ ਹੈ ਫਲੋਰ ਹਲਕੇ ਦੀ, ਸ਼ਾਇਦ ਵੱਧ ਵੀ ਹੋਵੇ, ਪਰ ਅਸੀਂ 20 ਲੱਖ ਰੁਪਈਆ ਦੇਣ ਨੂੰ ਤਿਆਰ ਹਾਂ। ਤੁਹਾਨੂੰ ਕੋਈ ਐਸੀ ਜਾਦੂ ਦੀ ਛੜੀ ਜਿਹੜੀ ਤੁਹਾਡੇ ਕੋਲ ਹੈਗੀ ਹੈ ਜਿਹਦੇ ਨਾਲ 10-12 ਲੱਖ ਰੁਪਏ 'ਚ ਹਵੇਲੀ ਵਰਗੇ ਪੈਲਸ ਦੇ ਵਿੱਚ ਸ਼ਾਦੀ ਹੋ ਜਾਂਦੀ ਜਿਹਦੇ 'ਚ 3000 ਰੁਪਇਆ ਪਰ ਪਲੇਟ ਕੋਸਟਿੰਗ ਹੈ, ਸ਼ਾਇਦ ਵੱਧ ਵੀ ਹੋਵੇ, ਦਲਜੀਤ ਦਸਾਂਝ ਵੀ ਆ ਜਾਂਦਾ ਹੈ, ਅਸੀਂ ਤੁਹਾਨੂੰ 20 ਲੱਖ ਰੁਪਈਆ ਦੇਣ ਨੂੰ ਤਿਆਰ ਹੈ ਅਤੇ ਦਲਜੀਤ ਨੂੰ ਵੀ 4 ਦੇ ਦਿਓ, 2 ਨਹੀਂ ਦੇਣਾ ਇਸ ਵਾਰੀ, 4 ਦਿਓ ਉਹਨੂੰ, ਅਤੇ ਜੇ ਕੋਈ ਬਾਕੀ ਪੈਸਾ ਬਚ ਜੇ ਉਹ ਜਿਹੜਾ ਤੁਹਾਡਾ ਈਵੈਂਟ ਮੈਨੇਜਮੈਂਟ ਵਾਲਾ ਬੰਦਾ ਹੈ, ਜਿਹੜਾ ਤੁਹਾਡਾ ਕਾਟਲ ਹੈ, ਜਿਹੜਾ ਸਾਰਾ ਈਵੈਂਟ ਪਲਾਨ ਕਰਦਾ ਤੁਹਾਡੇ ਲਈ, ਉਹਦੇ ਲਈ ਵੀ ਅਸੀਂ ਈਵੈਂਟ ਮੈਨੇਜਮੈਂਟ ਦੀ ਫੀਸ
जी है वह देने तैयार है। तो मैं आस करदा तुसी जिहड़ी साडी शर्त है जरूर बेनती साडी मंजूर करोंगे, असी तुहानू फलौर हल्के तो जिता के जरूर भेजांगे। तो आखिर दे विच यही कहना चाहांगा कि तुहानू शायद मेरी इस गल तो जिहड़ी अकाउंटेबिलिटी है उहदी डेफिनेशन समझ आ जाए आ गई होएगी। ऐसा कम मूल न कीचै जित अंत पछोताइए। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान। फ्री 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 मियां रफीक मोहम्मद मोबाइल 84374 94647 84374 94648।